ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਟਿਊਬ ਚੈਨਲ 'ਤੇ ਸਾਰੇ ਵੀਰਾਂ ਦਾ ਸਵਾਗਤ ਹੈ। ਪਹਿਲਾਂ ਵੀਰ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਜਿਨ੍ਹਾਂ ਵੀਰਾਂ ਨੇ ਕਰਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪਹਿਲਾਂ ਲੜ ਜਿਹੜਾ ਲਾਉਣਾ ਹੈ ਇਹ ਅਸੀਂ ਵੱਟਾਂ ਵਾਲੀ ਪੰਡ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਅੱਧੀ ਗੱਲ ਅਤੇ ਅੱਧੀ ਅੱਖ ਢੱਕ ਕੇ ਲਾਉਣਾ ਹੈ। ਬਾਕੀ ਵੀਰੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਹੋਰਾਂ ਵੀਰਾਂ ਤੱਕ ਵੀ ਵੀਡੀਓ ਪਹੁੰਚ ਸਕੇ। ਕਈ ਵੀਰ ਡਿਮਾਂਡ ਕਰਦੇ ਆ ਵੀ ਬੱਚਿਆਂ ਦੀ ਵੀਡੀਓ ਛੋਟੀ ਉਹਨਾਂ ਦੀ ਉਹ ਕਰੋ, ਇਸ ਕਰਕੇ ਅਸੀਂ ਵੀਡੀਓ ਜ਼ਿਆਦਾ ਬੱਚਿਆਂ ਦੀ ਹੀ ਪਾਉਂਦੇ ਹਾਂ। ਬਾਕੀ ਦੂਜੇ ਲੜ 'ਚ ਉੱਦਾਂ ਹੀ ਹਾਫ ਲੜ 'ਚ ਵਾਲ ਪੱਟ ਪਾ ਕੇ ਉਸ ਨੂੰ ਲਗਾ ਦੇਣਾ ਹੈ। ਬਾਕੀ ਵੀਰੇ ਇਹ ਪੱਗ ਫੁੱਲ ਵੈਲ 7 ਮੀਟਰ ਹੈ। ਜਿਹੜੇ ਵੀ ਰੂਬੀਆ ਬੰਨਦੇ ਆ ਉਹ ਰੂਬੀਆ ਹੀ ਬੰਨਣ, ਜਿਹੜੇ ਫੁੱਲ ਵੈਲ ਬੰਨਦੇ ਆ ਫੁੱਲ ਵੈਲ ਬੰਨਣ। ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਦੂਜਾ ਲੜ ਤੀਜਾ ਲੜ ਜਦ ਫੈਲਾਉਣਾ ਹੈ ਤਾਂ ਉਹਨੂੰ ਥੋੜ੍ਹਾ ਜਿਹਾ ਉੱਪਰੋਂ ਹਾਫ ਥੋੜ੍ਹਾ ਥੋੜ੍ਹਾ ਕਰਕੇ ਰੱਖਣਾ ਥੱਲੇ ਕਰਕੇ, ਇਹਨੂੰ ਸੈਮੀ ਪਟਿਆਲਾ ਸਾਈਜ਼ ਜੇਬ ਦੇਣੀ ਹੈ। ਉਸ ਤੋਂ ਬਾਅਦ ਚੰਗੀ ਤਰ੍ਹਾਂ ਵੱਟ ਪਾ ਕੇ ਉਂਗਲੀ ਅਤੇ ਅੰਗੂਠੇ ਦੀ ਸਹਾਇਤਾ ਨਾਲ ਵੱਟ ਪਾ ਸਕਦੇ ਹਾਂ, ਫਿਰ ਲਗਾ ਦੇਣਾ ਹੈ। ਜਿਸ ਤਰ੍ਹਾਂ ਤੁਸੀਂ ਵੀਡੀਓਜ਼ ਦੇਖ ਰਹੇ ਹੋ ਇਸੇ ਤਰ੍ਹਾਂ ਵੱਟ ਪਾਉਣੇ ਆ। ਜੇ ਜ਼ਿਆਦਾ ਕਈ ਵੀਰ ਕੱਢ ਕੇ ਪੱਗ ਬਾਹਰ ਬੰਨਦੇ ਆ ਤਾਂ ਸਾਨੂੰ ਵੀ ਕਈ ਵਾਰ ਡਿਮਾਂਡ ਆਉਂਦੀ ਹੈ ਕਿ ਬਾਹਰ ਕੱਢ ਕੇ ਪੱਗ ਨੂੰ ਥੋੜ੍ਹੀ ਜਿਹੀ ਸਾਈਡ ਤੋਂ ਕੱਢੀ ਜਾਵੇ ਤਾਂ ਉੱਦਾਂ ਮੰਨੋ। ਵੀਰ ਜੀ ਉਹ ਤੁਸੀਂ ਐਂ ਕਰ ਸਕਦੇ ਹੋ, ਉੱਧਰ ਕੱਪੜੇ ਦੀ ਸਹਾਇਤਾ ਲੈ ਸਕਦੇ ਹੋ ਹੋਰ। ਬਾਕੀ ਉਦੋਂ ਅਗਲਾ ਲਾਈਨ ਖੋਲ੍ਹ ਕੇ ਥੱਲੇ ਬਿਲਕੁਲ ਬਰੀਕ ਲੈਣਾ, ਉਹਦੇ ਵਿੱਚ ਥੋੜ੍ਹੇ ਥੋੜ੍ਹੇ ਵੱਟ ਪਾ ਕੇ ਉਸੇ ਤਰ੍ਹਾਂ ਲਗਾ ਦੇਣਾ ਹੈ। ਕਈ ਵੀਰ ਕਮੈਂਟਾਂ 'ਚ ਪੁੱਛਦੇ ਆ ਵੀ ਇੱਦਾਂ ਦੀ ਵੀਡੀਓ ਪਾਓ ਤਾਂ ਇਸ ਕਰਕੇ ਛੋਟੇ ਬੱਚਿਆਂ ਦੀ ਪਾਓ, ਇਸ ਕਰਕੇ ਵੀਡੀਓ ਲੈ ਕੇ ਹਾਜ਼ਰ ਨਹੀਂ ਹੈ। ਬਾਕੀ ਵੀਰ ਕਈ ਵਾਰ ਤੁਸੀਂ ਵਾਰ ਵਾਰ ਇਹੀ ਕਮੈਂਟ ਕਰਦੇ ਵੀ ਕਿੰਨੇ ਮੀਟਰ ਆ ਅਤੇ ਕਿਹੜਾ ਕੱਪੜਾ, ਇਸ ਜੇ 7 ਮੀਟਰ ਪੱਗ ਹੈ ਅਤੇ ਫੁੱਲ ਵੈਲ ਕੱਪੜਾ। ਸਾਰੀ ਵੀਡੀਓ ਨੂੰ ਪੂਰੀ ਧਿਆਨ ਨਾਲ ਦੇਖਿਆ ਕਰੋ ਤਾਂ ਹੀ ਪਤਾ ਲੱਗਦਾ। ਕਈ ਵਾਰ ਜਦ ਆਪਾਂ ਅੱਗੇ ਕੱਢ ਦਿੰਦੇ ਹਾਂ ਤਾਂ ਕਈ ਸਟੈਪ ਮਿਸ ਹੋ ਜਾਂਦੇ ਆ। ਇਸੇ ਤਰ੍ਹਾਂ ਫਿਰ ਅਗਲਾ ਰਾਹ ਜਿੱਥੇ ਕਿਤੇ ਵੱਟ ਰਹਿ ਜਾਂਦੇ ਆ ਤਾਂ ਹੱਥ ਦੀ ਸਹਾਇਤਾ ਨਾਲ ਹੋਰ ਵੀ ਪਾ ਸਕਦੇ ਹਾਂ। ਅਗਲਾ ਰਾਹ ਚੰਗੀ ਤਰ੍ਹਾਂ ਸਾਫ਼ ਕਰਕੇ ਇਹਨੂੰ ਆਪਾਂ ਉੱਪਰ ਵੀ ਸਾਫ਼ ਹੀ ਲਗਾਉਣਾ ਹੈ। ਕਈ ਵੀਰ ਵੱਟ ਪਾ ਕੇ ਲਾਉਂਦੇ ਆ, ਵੱਟ ਪਾ ਕੇ ਲਾ ਸਕਦੇ ਆ ਅਤੇ ਲਾਸਟ ਕਾਰਡ ਸਾਫ਼ ਕਰਕੇ ਹੀ ਬਹੁਤ ਵੀਰਾਂ ਦੀ ਡਿਮਾਂਡ ਸੀ ਕਿ ਲਾਸਟ ਕਾਰਡ ਸਾਫ਼ ਕਰਕੇ ਲਾ ਕੇ ਦਿਖਾਓ। ਇਸ ਤਰ੍ਹਾਂ ਸਾਫ਼ ਕਰਕੇ ਲਾਉਣਾ ਹੈ ਅਤੇ ਜਿੱਥੇ ਕਿਤੇ ਵੱਟ ਰਹਿ ਜਾਂਦੇ ਆ ਆਪਾਂ ਹੱਥ ਦੀ ਸਹਾਇਤਾ ਦੇ ਨਾਲ ਉਹਨੂੰ ਵੱਟਾਂ ਨੂੰ ਬਰੀਕ ਕਰ ਸਕਦੇ ਹਾਂ। ਕਈ ਵਾਰ ਮੋਟੇ ਪਤਲੇ ਹੋ ਜਾਂਦੇ ਆ। ਤੁਹਾਡੀ ਆਪਣੀ ਚੋਇਸ ਹੋਊਗੀ ਵੀ ਕਿੱਦਾਂ ਕਰਨੀ ਆ, ਤੁਸੀਂ ਅੱਗੇ ਹੋ ਸਹੀ ਕਰ ਸਕਦੇ ਹਾਂ। ਲਾਸਟ ਕਲਰ ਦੇ ਵਿੱਚ
ਉੱਪਰੋਂ ਥੱਲੇ ਨੂੰ ਥੱਲੇ ਉੱਪਰ ਨੂੰ ਫੋਲਡ ਕਰਕੇ ਇਸ ਲੜ ਦੇ ਵਿੱਚ ਵੀ ਆਪਾਂ ਨੇ ਵੱਟ ਪਾ ਲੈਣੇ ਆ। ਵੱਟ ਪਾਉਣ ਤੋਂ ਬਾਅਦ ਹੱਥਾਂ ਦੇ ਨਾਲ ਆਪਾਂ ਬਿਲਕੁਲ ਸਿੱਧਾ ਲਗਾਉਣਾ ਹੈ ਜਿੱਥੋਂ ਆਪਾਂ ਨੂੰ ਲੱਗਦਾ ਹੈ ਵੀ ਸਹੀ ਆ ਰਿਹਾ ਉੱਥੇ ਲਗਾਉਣਾ ਹੈ। ਸਿੱਧਾ ਲਗਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਫਿਰ ਦੱਬ ਦੇਣਾ ਹੈ। ਇਸੇ ਤਰ੍ਹਾਂ ਫਿਰ ਲਾਸਟ ਜਿਹੜਾ ਸਭ ਤੋਂ ਪਹਿਲਾਂ ਲੜ ਲਾਇਆ ਸੀ ਉਸਨੂੰ ਉੱਪਰ ਪਰਚ ਕੇ ਦੋਨਾਂ ਸਾਈਡਾਂ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਉਸਨੂੰ ਖੋਲ੍ਹ ਲੈਣਾ ਹੈ। ਲੜ ਨੂੰ ਦੋਨਾਂ ਸਾਈਡਾਂ ਤੋਂ ਖੋਲ੍ਹਣ ਤੋਂ ਬਾਅਦ ਉਸਨੂੰ ਬਾਜੀ ਸਹਿਤਾ ਦੇ ਨਾਲ ਅੰਦਰਲੀ ਸਾਈਡ ਫੋਲਡ ਕਰ ਦੇਣਾ, ਦੱਬ ਦੇਣਾ ਮਤਲਬ ਦੋਵੇਂ ਸਾਈਡਾਂ ਨੂੰ। ਇਸ ਨੂੰ ਚੰਗੀ ਤਰ੍ਹਾਂ ਦੱਬਣ ਤੋਂ ਬਾਅਦ ਪਿੱਛੇ ਖਿੱਚ ਲੈਣਾ ਹੈ ਜੋ ਲੁੱਕੀ ਲਗਾਉਣੀ ਹੈ। ਅਤੇ ਲੁੱਕੀ ਲਗਾ ਦੇਣੀ ਹੈ। ਬਾਕੀ ਸਾਰੇ ਵੀਰਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।